ਪਾਣਾ ਸਿੱਧੂ ਦੇ ਹੱਕ ਦੇ ਵਿੱਚ ਕਿਸਾਨਾਂ ਤੇ ਵੱਖ ਵੱਖ ਜਥੇਬੰਦੀਆਂ ਦਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਤਾਂ ਸੰਗਰੂਰ ਪਟਿਆਲਾ ਰੋਡ ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਜੀ ਹਾਂ, ਲਗਾਤਾਰ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਇਨਤਰੀਆਂ ਤੇ ਉਹਨਾਂ ਦੇ ਖਿਲਾਫ ਜੋ ਕੀ ਹੈ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਉਠਾ ਰਹੀਆਂ ਨੇ ਤਾਂ ਪੰਜਾਬ ਸਰਕਾਰ ਦੇ ਖਿਲਾਫ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਸੰਗਰੂਰ ਪਟਿਆਲਾ ਰੋਡ ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਤਾਂ ਇਸ ਦੌਰਾਨ ਕਿਸਾਨਾਂ ਤੇ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਪਰਚਾ ਪੱਕਾ ਮੋਰਚਾ ਲਗਾਉਣ ਦਾ ਇੱਥੇ ਐਲਾਨ ਕਰ ਦਿੱਤਾ ਗਿਆ ਤਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਸਾਨਾਂ ਦਾ ਗੁੱਸਾ ਵੀ ਫੁਟਿਆ ਤੇ ਇਸ ਦੌਰਾਨ ਕਿਹਾ ਗਿਆ ਕਿ 2024 ਦੀਆਂ ਚੋਣਾਂ ਦੇ ਵਿੱਚ ਆਪ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ ਤਾਂ ਪੰਜਾਬ ਦਾ ਮੁੱਖ ਮੰਤਰੀ ਵੱਲੋਂ ਧੱਕੇਸ਼ਾਹੀ ਦਾ ਇਹ ਵੇਖਣ ਨੂੰ ਮਿਲ ਰਿਹਾ ਤਾਂ ਇਸ ਦੌਰਾਨ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਧੱਕੇਸ਼ਾਹੀ ਤੇ ਉਤਰ ਆਈ ਹੈ ਪੰਜਾਬ ਸਰਕਾਰ ਤਾਂ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਇੱਥੇ ਸਵਾਲ ਜੋ ਕਿ ਪੰਜਾਬ ਸਰਕਾਰ ਤੇ ਖੜੇ ਕੀਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਵੀ ਸੰਗਰੂਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਸਵੇਰ ਤੋਂ ਹੀ ਡਟੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਦੌਰਾਨ ਵੱਡਾ ਇਕੱਠ ਜੋ ਕੀ ਹੈ ਰਿਹਾਇਸ਼ ਸੀਐਮ ਰਿਹਾਇਸ਼ ਦੇ ਬਾਹਰ ਵੀ ਉਹ ਕਰਦੇ ਨਜ਼ਰ ਆਏ ਤੇ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਚੁੱਕੀ ਹੈ ਤੇ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਪੱਕਾ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਤਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਉਹਨਾਂ ਦਾ ਗੁੱਸਾ ਵੀ ਇੱਥੇ ਨਜ਼ਰ ਆ ਰਿਹਾ ਤਾਂ ਰੋਜ਼ ਜ਼ਾਹਰ ਕੀਤਾ ਜਾ ਰਿਹਾ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਇੱਥੇ ਵੱਖ ਵੱਖ ਜਥੇਬੰਦੀਆਂ ਨਿਕਲੀ ਹੋਈਆਂ ਨੇ ਤਾਂ ਮਹਿਜ਼ ਜੋ ਕਿ ਗੱਲ ਕਰੀਏ ਪੁਲਿਸ ਦੇ ਵੱਲੋਂ ਵੀ ਕਈ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਉੱਧਰ ਜਥੇਬੰਦੀ ਦੇ ਆਗੂਆਂ ਨੂੰ ਅਤੇ ਕਈਆਂ ਨੂੰ ਹੋਮ ਅਰੈਸਟ ਕੀਤਾ ਗਿਆ ਤਾਂ ਸੰਗਰੂਰ ਪਟਿਆਲਾ ਰੋਡ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤਾਂ ਜਥੇਬੰਦੀਆਂ ਨੇ ਪੱਕਾ ਮੋਰਚਾ ਜੋ ਕਿ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਸੰਗਰੂਰ ਤੇ ਤਸਵੀਰਾਂ ਜਿੱਥੇ ਵੱਡਾ ਇਕੱਠ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਨੂੰ ਸਵਾਲ ਕੀਤੇ ਜਾ ਰਹੇ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸੰਗਰੂਰ ਪਟਿਆਲਾ ਰੋਡ ਤੇ ਕਿਸਾਨਾਂ ਦਾ ਪ੍ਰਦਰਸ਼ਨ ਹਾਲਾਂਕਿ ਵੱਖ ਵੱਖ ਟੋਲ ਪਲਾਜ਼ਾ ਤੇ ਸਵੇਰ ਤੋਂ ਵੀ ਕਿਸਾਨ ਡਟੇ ਰਹੇ ਨੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਉਸਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਸੰਗਰੂਰ ਤੋਂ ਵੇਖਣ ਨੂੰ ਮਿਲਦੀਆਂ ਨੇ ਜਿੱਥੇ ਵੱਡਾ ਇਕੱਠ ਜਿਸ ਤੋਂ ਬਾਅਦ ਪੁਲਿਸ ਫੋਰਸ ਵੀ ਇੱਥੇ ਤੈਨਾਤ ਕਰ ਦਿੱਤੀ ਗਈ ਹੈ ਤੇ ਜੋ ਕਿਸਾਨਾਂ ਦੇ ਵੱਲੋਂ ਸੀਐਮ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਪੁਲਿਸ ਦੇ ਵੱਲੋਂ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਧਾ ਰੁਕ ਕਰਾਂਗੇ ਲਗਾਤਾਰ ਸਾਡੇ ਸਹਿਯੋਗੀ ਗੁਰਦਰਸ਼ਨ ਸਾਡੇ ਨਾਲ ਬਣੇ ਹੋਏ ਨੇ ਜੀ ਗੁਰਦਰਸ਼ਨ ਇੱਥੇ ਵੱਡਾ ਐਲਾਨ ਵੀ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਜੇਕਰ ਗੱਲ ਕਰੀਏ ਪੁਲਿਸ ਦੇ ਵੱਲੋਂ ਵੀ ਕਿਹਾ ਗਿਆ ਕਿ ਕਾਨੂੰਨ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਪਾਣਾ ਸਿੱਧੂ ਦੇ ਖਿਲਾਫ ਤਾਂ ਉਸ ਬਾਬਤ ਹੁਣ ਕੀ ਕੁਝ ਅਗਲਾ ਰੁਕ ਰਹਿ ਸਕਦਾ ਜੇਕਰ ਰਿਹਾਈ ਨਾ ਕੀਤੀ ਗਈ ਤਾਂ ਅਨੰਕਾ ਜੇ ਗੱਲ ਕੀਤੀ ਜਾਵੇ ਕਿਉਂਕਿ ਸਵੇਰ ਤੋਂ ਹੀ ਜਦੋਂ ਤੋਂ ਪ੍ਰਦਰਸ਼ਨਕਾਰੀ ਇੱਥੇ ਪਹੁੰਚਣਾ ਸ਼ੁਰੂ ਹੋਏ ਨੇ ਉਦੋਂ ਤੋਂ ਹੀ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਰੋਕਣ ਦੇ ਵਿੱਚ ਲੱਗ ਰਿਹਾ ਪਰ ਜਦੋਂ ਇਕੱਠਾ ਹਜੂਮ ਆਇਆ ਟਰਾਲੀਆਂ ਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਕਿ ਫੁੱਟਪਾਥਾਂ ਦੇ ਉੱਪਰ ਦੀ ਕਿਸ ਤਰ੍ਹਾਂ ਟਰਾਲੀਆਂ ਲੈ ਕੇ ਨੰਗੇ ਨੇ ਕਿਸਾਨਾਂ ਦੇ ਵਿੱਚ ਟਰਾਲੀਆਂ ਲੈ ਕੇ ਨੰਗੇ ਨੇ ਪ੍ਰਧਾਨ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਗਏ ਕਿਉਂਕਿ ਪੁਲਿਸ ਘੱਟ ਹੋਣ ਕਰਕੇ ਪ੍ਰਦਰਸ਼ਨਕਾਰੀ ਵੱਧ ਹੋਣ ਕਰਕੇ ਪੁਲਿਸ ਨੂੰ ਰਸਤਾ ਦੇਣਾ ਪਿਆ ਹੁਣ ਉਹ ਜਿਹੜਾ ਸੀਐਮ ਭਗਵੰਤ ਮਾਨ ਦੀ ਕੋਠੀ ਤੋਂ ਕੁਝ ਦੂਰੀ ਤੇ ਬੈਠੇ ਹੈ ਤੇ ਬਾਰ ਬਾਰ ਮੀਟਿੰਗ ਕੀਤੀ ਗਈ ਹੈ ਕੀਤੀ ਜਾਣ ਤੋਂ ਬਾਵਜੂਦ ਵੀ ਪਰ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਜਿਹੜੀ ਪਾਣਾ ਸਿੱਧੂ ਤੇ ਕਾਰਵਾਈ ਕੀਤੀ ਹੈ ਉਹ ਕਾਨੂੰਨ ਦੇ ਤਹਿਤ ਹੀ ਕੀਤੀ ਹੈ ਉਹਦਾ ਇੱਕ ਪ੍ਰੋਸੈਸ ਹੋਏਗਾ ਉਹਨੂੰ ਛੱਡਣ ਵਾਸਤੇ ਇਸ ਲਈ ਇਸ ਤਰ੍ਹਾਂ ਨਹੀਂ ਛੱਡ ਸਕਦੇ ਉਹ ਪ੍ਰੋਸੈਸ ਰਾਹੀਂ ਉਹਨੂੰ ਰਿਹਾ ਕੀਤਾ ਜਾਊਗਾ ਪਰ ਦੂਜੇ ਪਾਸੇ ਜਿਹੜੇ ਪ੍ਰਦਰਸ਼ਨਕਾਰੀ ਨੇ ਲੱਖਾਂ ਸਿਧਾਣਾ ਨੇ ਸਿੱਧਾ ਕਹਿ ਦਿੱਤਾ ਕਿ ਅਸੀਂ ਬਿਨਾਂ ਸ਼ਰਤ ਜਿਹੜਾ ਇਸ ਨੂੰ ਰਿਹਾ ਕਰਵਾਉਣਾ ਕਿਉਂਕਿ
ਜਿਹੜਾ ਹਜੂਮ ਬਹੁਤ ਵੱਡਾ, ਕਿਉਂਕਿ ਜਿਹੜੇ ਨੌਜਵਾਨਾਂ ਨੇ ਸਰਕਾਰ ਬਣਾਈ ਸੀ ਉਹ ਨੌਜਵਾਨਾਂ ਦਾ ਇਕੱਠ ਆ ਜਿਹੜਾ ਦੇਖਣ ਨੂੰ ਮਿਲਿਆ। ਭਾਵੇਂ ਬਜ਼ੁਰਗਾਂ ਦੀ ਗੱਲ ਕੀਤੀ, ਬਜ਼ੁਰਗ ਹੱਥਾਂ 'ਚ ਝੰਡੇ ਲੈ ਕੇ ਇੱਥੇ ਪਹੁੰਚੇ ਹੋਏ ਨੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ, ਨੌਜਵਾਨ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਿਆ ਹੋਇਆ, ਕੋਈ ਗੱਡੀਆਂ ਲੈ ਕੇ ਪਹੁੰਚੇ ਹੋਏ ਨੇ, ਮੋਟਰਸਾਈਕਲਾਂ 'ਤੇ ਪਹੁੰਚੇ ਹੋਏ ਨੇ, ਤੇ ਬੈਰੀਕੇਡਿੰਗ ਵੀ ਤੋੜੀ ਹੈ ਨੌਜਵਾਨਾਂ ਵੱਲੋਂ। ਜਿਵੇਂ ਦਿੱਲੀ ਦਾ ਦ੍ਰਿਸ਼ ਜੇ ਕਹਿ ਸਕਦੇ ਹਾਂ ਕਿ ਜਿਹੜਾ ਅਸੀਂ ਦਿੱਲੀ ਨੂੰ ਜਦੋਂ ਕੂਚ ਕੀਤਾ ਸੀ ਕਿਸਾਨ ਜਥੇਬੰਦੀਆਂ ਨੇ, ਉਹੀ ਦ੍ਰਿਸ਼ ਅੱਜ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲਿਆ। ਪਰ ਹੁਣ ਸਾਂਭੀ ਜਿਹੜਾ ਐਲਾਨ ਕੀਤਾ ਲੱਖਾ ਸਰਦਾਰ ਨੇ ਕਿ ਜਿਹੜਾ ਸੰਘਰਸ਼ ਹੈ ਜਾਂ ਇਹ ਧਰਨਾ ਤੇ ਪੱਕਾ ਮੋਰਚਾ ਇੱਥੇ ਲਗਾਇਆ ਜਾਊਗਾ। ਹੋ ਸਕਦਾ ਅਸੀਂ, ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਪ੍ਰਸ਼ਾਸਨ ਨੂੰ, ਹੋ ਸਕਦਾ ਅਸੀਂ ਸੀਐਮ ਦੀ ਕੋਠੀ ਵੱਲ ਨੂੰ ਵੀ ਕੂਚ ਕੀ ਕਰੀਏ। ਇਹ ਤੁਸੀਂ ਭਾਵੇਂ ਸਾਡੇ ਤੇ ਗੋਲੀਆਂ ਚਲਾ ਲਓ, ਭਾਵੇਂ ਲਾਠੀਆਂ ਚਲਾ ਲਓ, ਪਰ ਅਸੀਂ ਜਾਬਤੇ 'ਚ ਰਹਿ ਕੇ ਆਪਦਾ ਜਿਹੜਾ ਪ੍ਰੋਟੈਸਟ ਹੈ ਉਹ ਕਰਾਂਗੇ। ਜੀ ਜੀ ਗੁਰਦਰਸ਼ਨ ਜੀ, ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ, ਤਾਂ ਕੀ ਕੁਝ ਕਿਸਾਨਾਂ ਦਾ ਕਹਿਣਾ ਹੈ ਜ਼ਰੂਰ ਸੁਣਾਵਾਂਗੇ ਪਹਿਲਾਂ ਦਰਸ਼ਕਾਂ ਨੂੰ। ਬਿਲਕੁਲ, ਉੱਥੇ ਸਾਡੇ ਨੌਜਵਾਨ ਕੁੱਟੇ ਆ ਪੁਲਿਸ ਨੇ, ਕੁੱਟੇ ਆ। ਦੇਖੋ ਪਿੱਛੋਂ ਨੌਜਵਾਨ ਮੁੰਡੇ ਦੇ ਕਿਵੇਂ ਡਾਂਗਾਂ ਮਾਰੀਆਂ ਢੂਹੇ 'ਤੇ। ਹਾਂ, ਉਹਦੇ ਸਾਡੀ ਖਿੱਚਤੂ ਵੀ ਹੋਈ ਆ, ਮਾਵਾਂ ਭੈਣਾਂ ਦੀ ਵੀ ਖਿੱਚਤੂ ਹੋਈ ਆ। ਸੋ ਇਹ ਮੈਂ ਤਾਂ ਯਾਰ ਉਹੀ ਗੱਲ ਵਾਰ ਵਾਰ ਆ ਜਾਂਦੀ ਹੈ ਕਿ ਇਸ ਕੰਮ ਲਈ ਅਸੀਂ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਸੀ ਯਾਰ। ਆ ਉਹਦੇ 'ਚ ਮੈਂ ਧਰਨੇ ਨਹੀਂ ਲੱਗਣ ਦੇਣਾ, ਕੋਈ ਮੁਜ਼ਾਹਰਾ ਨਹੀਂ ਹੋਣ ਦੇਣਾ, ਤੁਸੀਂ ਮੈਨੂੰ ਆ ਕੇ ਗੱਲ ਦੱਸਿਆ ਕਰੋ। ਅੱਜ ਖਾਲੀ ਪਈ ਕੋਠੀ 'ਚ ਵੀ ਨਹੀਂ ਜਾਣ ਦਿੰਦਾ, ਇੱਥੇ ਰੋਕ ਲਿਆ। ਅਸੀਂ ਨਹੀਂ ਰੁਕਿਆ, ਇਹ ਪ੍ਰਸ਼ਾਸਨ ਨੇ ਰੋਕਿਆ। ਕੀ ਲੰਬਾ ਮੋਰਚਾ ਵੀ ਲੱਗ ਸਕਦਾ ਉਹਨਾਂ ਦੇ ਸਮੇਂ? ਲੰਬਾ ਵੀ ਜਾ ਸਕਦਾ, ਕੁਛ ਵੀ ਹੋ ਸਕਦਾ, ਪਰ ਇਹ ਗੱਲ ਅਸੀਂ ਪਿੱਛੇ ਨਹੀਂ ਹਟਾਂ, ਇਹ ਗੱਲ ਸਾਫ਼ ਹੈ। ਦੇਖੋ ਇਹ ਜੁਰਮ ਹੈ, ਇਹ ਅਸਲ ਜੁਰਮ ਹੈ, ਇਹ ਤਸ਼ੱਦਦ ਹੈ, ਇਹ ਆਵਾਜ਼ ਦੱਬਣ ਦੀ ਗੱਲ ਆ। ਇਹ ਕਿਸੇ ਵੀ ਤਰੀਕੇ ਨਾਲ ਆਵਾਜ਼ ਦੱਬ ਦੇਣੀ ਹੈ, ਚਾਹੇ ਮੀਡੀਆ ਦੀ ਹੋਵੇ, ਚਾਹੇ ਉਹ ਆਮ ਲੋਕਾਂ ਦੀ ਹੋਵੇ, ਇਹ ਆਵਾਜ਼ ਦੱਬਣ 'ਤੇ ਹੋਇਆ ਵੈ। ਅਤੇ ਪੰਜਾਬ ਦੀ ਆਵਾਜ਼ ਨਾ ਪਹਿਲਾਂ ਕਿਸੇ ਦੱਬੀ ਗਈ ਹੈ ਅਤੇ ਨਾ ਹੀ ਦੱਬੀ ਜਾਣੀ ਹੈ। ਜਿੰਨੇ ਵੀ ਅਤਿਆਚਾਰ ਹੈ ਭਗਵੰਤ ਮਾਨ ਕਰ ਰਿਹਾ, ਜਿਹੜਾ ਪਹਿਲਾਂ ਮਿੰਨਤਾਂ ਕਰਦਾ ਸੀ ਬੱਚਿਆਂ ਦੀਆਂ ਕਿ ਮੈਨੂੰ ਵੋਟਾਂ ਪਵਾਓ, ਉਹਨਾਂ ਨੇ ਵੋਟਾਂ ਪਵਾ ਕੇ ਗਲਤੀ ਕਰ ਲਈ, ਲੇਕਿਨ ਹੁਣ ਫਿਰ ਜਾਗਰੂਕ ਹੋ ਗਏ ਕਿਸਾਨ ਔਰ ਨੌਜਵਾਨ, ਹੁਣ ਇਹਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਜੇ ਨੌਜਵਾਨਾਂ ਦੀ ਇਹ ਨਹੀਂ ਮੰਨੇਗਾ, ਇਹ ਜਿਹੜੇ ਨੌਜਵਾਨਾਂ ਨੇ ਬਣਾਇਆ ਉਹ ਨੌਜਵਾਨਾਂ ਨੂੰ ਥੱਲੇ ਵੀ ਡੇਕ ਸਕਦੇ, ਇਹਨਾਂ ਦੇ ਕੋਲ ਪਾਵਰ ਹੈ। ਅੱਜ ਪਾਵਰ ਆਈ ਹੈ, ਇਕੱਠੇ ਹੋਏ ਇਹ ਲੋਕ, ਝੂਠੇ ਪਰਚੇ ਹੈ, ਕੋਈ ਚੈਨੀ ਚੋਰ ਨਹੀਂ ਹੈ, ਕੋਈ ਇੱਥੇ ਖਾਲਿਸਤਾਨੀ ਨਹੀਂ ਹੈ, ਕੋਈ ਕਿਸੇ ਨੂੰ ਫੰਡਿੰਗ ਨਹੀਂ ਆਉਂਦੀ, ਸਿਰਫ ਇਹ ਡਰਾਮੇਬਾਜ਼ੀਆਂ ਕਰ ਰਿਹਾ। ਇਸ ਕਰਕੇ ਸਾਰੇ ਨੌਜਵਾਨ ਹੁਣ ਨਾ ਮੰਨਣਗੇ, ਜਿਹੜਾ ਇਹ ਸੰਵਿਧਾਨ ਦੀਆਂ ਧੱਜੀਆਂ ਡਾ ਰਿਹਾ ਇਹ ਨਹੀਂ ਚੱਲੇਗਾ। ਵੇਖਣ ਨੂੰ ਮਿਲ ਰਿਹਾ ਨੇ ਜਿੱਥੇ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ, ਤੇ ਉੱਥੇ ਹੀ ਵੱਡਾ ਹਜ਼ੂਮ, ਤੇ ਉੱਥੇ ਵੱਡਾ ਇਕੱਠ, ਤਾਂ ਵੱਡਾ ਇਕੱਠ ਇੱਥੇ ਵੇਖਣ ਨੂੰ ਮਿਲ ਰਿਹਾ। ਤਾਂ ਦੋ ਤਸਵੀਰਾਂ ਰਾਹੀਂ ਤੁਸੀਂ ਵੇਖ ਪਾ ਰਹੇ ਹੋ ਕਿਸ ਤਰ੍ਹਾਂ ਸੰਗਰੂਰ, ਪਟਿਆਲਾ ਰੋਡ ਤੇ ਅਤੇ ਵੱਖ ਵੱਖ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਚੁੱਕੀ ਹੈ ਕਿਸਾਨ ਜਥੇਬੰਦੀਆਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਨੁਕਰੀਆਂ ਨੇ, ਅਤੇ ਮੈਂ ਸਵੇਰ ਤੋਂ ਹੀ ਕਾਫੀ ਦੇਰ ਤੋਂ ਕਿਉਂਕਿ ਕਿਸਾਨ ਡਟੇ ਹੋਏ ਨੇ, ਤਾਂ ਸੀਐਮ ਰਿਹਾਇਸ਼ ਤਾਂ ਸੀਐਮ ਰਿਹਾਇਸ਼ ਦਾ ਘਿਰਾਓ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਗਈ, ਤਾਂ ਇਸ ਦੌਰਾਨ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ। ਸਿੱਧਾ ਰੁਕ ਕਰਾਂਗੇ ਸਾਡੇ ਸਹਿਯੋਗੀ ਗੁਰਦਰਸ਼ਨ, ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਜੀ ਗੁਰਦਰਸ਼ਨ, ਮੈਂ ਅੱਜ ਸਵੇਰ ਤੋਂ ਡਟੇ ਹੋਏ ਨੇ, ਕੀ ਕੁਝ ਕਹਿਣਾ? ਬਿਲਕੁਲ ਨਮਕਾ, ਜਿਹੜਾ ਜਿਹੜੇ ਨੈਸ਼ਨਲ ਹਾਈਵੇ 7 ਹੈ, ਜਿਹੜਾ ਇਹ ਚੰਡੀਗੜ੍ਹ ਤੋਂ ਜੇ ਕਹਿ ਦਈਏ ਬਠਿੰਡਾ ਨੂੰ ਜੋੜਦਾ ਹੈ, ਅਤੇ ਇਸ ਦੇ ਉੱਤੇ ਜਿਹੜਾ ਹੁਣ ਦੋਨਾਂ ਸਾਈਡਾਂ ਤੋਂ ਜਿਹੜਾ ਬਿਲਕੁਲ ਇਹਨਾਂ ਨੇ ਬੰਦ ਕੀਤਾ ਹੋਇਆ, ਇਹਨਾਂ ਦਾ ਕਹਿਣਾ ਹੈ ਕਿ ਜੇਕਰ ਭਾਨੇ ਸਿੱਧੂ ਦੀ ਬਿਨਾਂ ਸ਼ਰਤ ਰਿਹਾਈ ਨਾ ਕੀਤੀ ਗਈ, ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਲੰਬਾ ਚੱਲ ਸਕਦਾ। ਕਹਿ ਸਕਦੇ ਹਾਂ ਕਿ ਪੱਕਾ ਪ੍ਰੋਟੈਸਟ ਹੈ ਜਿਹੜਾ, ਜਾਂ ਪੱਕਾ ਧਰਨਾ ਹੈ, ਉਹ ਸੰਗਰੂਰ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ, ਅਤੇ ਉਹ ਕਿੰਨਾ ਲੰਬਾ ਚੱਲਣਾ ਹੈ ਉਹ ਆਉਣ ਵਾਲਾ ਟਾਈਮ ਦੱਸੂਗਾ, ਕਿਉਂਕਿ ਪ੍ਰਸ਼ਾਸਨ ਦੇ ਨਾਲ ਵਾਰ ਵਾਰ ਮੀਟਿੰਗਾਂ ਹੋ ਰਹੀਆਂ ਨੇ, ਪਰ ਮੀਟਿੰਗਾਂ ਦਾ ਜਿਹੜਾ ਰਿਜ਼ਲਟ ਹੈ ਉਹ ਬਿਲਕੁਲ ਜ਼ੀਰੋ ਹੈ, ਕਿਉਂਕਿ ਬੇਸਿੱਟਾ ਮੀਟਿੰਗਾਂ ਨਿਕਲ ਰਹੀਆਂ ਨੇ। ਵਾਰ ਵਾਰ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਇੱਕ ਸਾਈਡ 'ਤੇ ਬੈਠ ਜਾਓ, ਤੁਸੀਂ ਇੱਕ ਸਾਈਡ ਤੋਂ ਟ੍ਰੈਫਿਕ ਹੈ ਜਿਹੜੀ ਉਹ ਚੱਲਣ ਦਿਓ, ਪਰ
ਜਿਹੜੇ ਯੂਥ ਹੈ ਜਿਹੜਾ ਉਹ ਇਹੀ ਗੱਲ ਕਹਿ ਰਿਹਾ ਕਿ ਅਸੀਂ ਜਿਹੜਾ ਦੋਵੇਂ ਸਾਈਡਾਂ ਤੋਂ ਬੰਦ ਰੱਖਾਂਗੇ ਤੇ ਤਾਂ ਕਿ ਸਰਕਾਰ ਤੱਕ ਸਾਡੀ ਗੱਲ ਪਹੁੰਚੇ, ਸੀਐਮ ਦੀ ਨੂੰ ਸਾਡੀ ਆਵਾਜ਼ ਸੁਣਾਈ ਦੇ ਸਕੇ ਕਿ ਉਸ ਸੱਚ ਦੀ ਆਵਾਜ਼ ਦੇ ਨਾਲ ਇੱਥੇ ਪਹੁੰਚੇ ਹੋਏ ਨੇ। ਤੇ ਹੁਣ ਜਿਹੜਾ ਇਕੱਠ ਹੈ, ਇਕੱਠ ਵੱਡਾ ਇਕੱਠ ਹੈ, ਉਹਨਾਂ ਦਾ ਕਹਿਣਾ ਕਿ ਕੱਲ੍ਹ ਨੂੰ ਜਿਹੜੇ ਸਾਡੇ ਜਿਹੜੇ ਕਹਿ ਸਕਦੇ ਹਾਂ ਕਿ ਯੂਥ ਦੇ ਆਗੂ ਨੇ ਜਿਹੜੇ ਕੁੱਝ ਉਹ ਹਿਰਾਸਤ ਦੇ ਵਿੱਚ ਲੈ ਗਏ ਨੇ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਕਿੱਥੇ ਲੈ ਕੇ ਗਏ ਨੇ, ਕਿਉਂਕਿ ਜਿਹੜੇ ਜਲਦੀ ਸਵੇਰੇ ਆਏ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਕਰ ਲਿਆ ਗਿਆ ਸੀ। ਪਰ ਹੁਣ ਹੌਲੀ ਹੌਲੀ ਥੋੜ੍ਹਾ ਟਾਈਮ ਪੈਣ 'ਤੇ ਉਹਨਾਂ ਨੂੰ ਪੁਲਿਸ ਹੈ ਜਿਹੜੀ ਸੜਦੀ ਨਜ਼ਰ ਆਉਂਦੀ ਆ, ਉਹ ਉੱਥੇ ਧਰਨੇ ਦੇ ਵਿੱਚ ਪਹੁੰਚ ਰਹੇ ਨੇ। ਅਤੇ ਦੇਖਣਾ ਹੋਊਗਾ ਕਿ ਜਿਹੜਾ ਕੱਲ੍ਹ ਆਉਣ ਵਾਲੀ ਸਵੇਰ ਹੈ ਜਾਂ ਮਤਲਬ ਕਿ ਰਾਤ ਨੂੰ ਕੀ ਅਪਡੇਟ ਮਿਲਦੀ ਆ, ਅੱਗੇ ਕੀ ਸਰਕਾਰ ਹੈ ਜਿਹੜੀ ਜਾਂ ਪ੍ਰਸ਼ਾਸਨ ਹੈ ਰਾਤੋਂ ਰਾਤ ਕੀ ਅਗਲਾ ਕਦਮ ਹੈ ਜਿਹੜਾ ਉਹ ਚੱਕਦੀ ਹੈ ਧਰਨੇ ਨੂੰ ਹਟਾਉਣ ਦੇ ਲਈ, ਅਤੇ ਦੂਜੇ ਪਾਸੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਪ੍ਰਦਰਸ਼ਨਕਾਰੀ, ਉਹਨਾਂ ਦਾ ਕੀ ਕਦਮ ਰਹੇਗਾ, ਜਾਂ ਉਹ ਕੋਠੀ ਵੱਲ ਵੱਧਦੇ ਨੇ ਜਾਂ ਉਸੇ ਜਗ੍ਹਾ 'ਤੇ ਜਿਹੜੇ ਬੈਠ ਕੇ ਪ੍ਰਦਰਸ਼ਨ ਕਰਨਗੇ। ਇਹ ਯੂਥ ਹੈ ਜਿਹੜਾ ਹੱਥਾਂ ਦੇ ਵਿੱਚ, ਇਹ ਵੀ ਤੁਹਾਨੂੰ ਦੱਸ ਦਈਏ ਕਿ ਯੂਥ ਦੇ ਹੱਥ ਦੇ ਵਿੱਚ ਸੜਕ ਦੇ ਆਲੇ ਦੁਆਲਿਓਂ ਡੰਡੇ ਜ਼ਰੂਰ ਪੁੱਟੇ ਹੋਏ ਨਜ਼ਰ ਆਏ। ਇਹ ਲੱਗ ਰਿਹਾ ਸੀ ਕਿ ਜਿਹੜਾ ਇਸ ਵਾਰੀ ਜਿਹੜਾ ਯੂਥ ਹੈ ਜਿਹੜਾ ਬੜਾ ਰੋਸ ਦੇ ਵਿੱਚ ਹੈ, ਜੇਕਰ ਉਹਨਾਂ ਨਾਲ ਕੋਈ ਧੱਕਾ ਮੁੱਕੀ ਹੋਈ ਤਾਂ ਯੂਥ ਵੀ ਪਿੱਛੇ ਨਹੀਂ ਹਟੇਗਾ। ਪਰ ਪੁਲਿਸ ਨੇ ਬੜੀ ਸੂਝਬੂਝ ਦੇ ਨਾਲ ਕੰਮ ਲਿਆ ਅਤੇ ਉਹਨਾਂ ਨੂੰ ਰਸਤਾ ਦੇ ਕੇ ਇੱਥੇ ਤੱਕ ਪਹੁੰਚਣ ਦਿੱਤਾ, ਅਤੇ ਹੁਣ ਇਹ ਇਕੱਠੇ ਹੋਏ ਇੱਕ ਜਗ੍ਹਾ 'ਤੇ ਬੈਠੇ ਆ। ਹੁਣ ਦੇਖਣਾ ਹੋਵੇਗਾ ਜਿਹੜਾ ਧਰਨਾ ਹੈ ਉਹ ਕਿੰਨੇ ਦਿਨਾਂ ਤੱਕ ਚੱਲਦਾ ਜਾਂ ਕਿੰਨੇ ਘੰਟੇ ਚੱਲਦਾ, ਇਹ ਟਾਈਮ ਦੱਸੂਗਾ। ਜੀ ਮਨਿਕਾ ਜੀ, ਗੁਰਦਰਸ਼ਨ ਕਾਫੀ ਜੋ ਕਿ ਐਲਾਨ ਵੀ ਇਹਦੇ ਵੱਲੋਂ ਕਰ ਦਿੱਤਾ ਗਿਆ ਜਥੇਬੰਦੀਆਂ ਦੇ ਵੱਲੋਂ ਕਿ ਵੱਡੇ ਅੱਗੇ ਆਉਣ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਐਲਾਨ ਜੋ ਕਿ ਕਰ ਦਿੱਤਾ ਗਿਆ ਮੋਰਚੇ ਦਾ, ਤਾਂ ਕੀ ਲੱਗਦਾ ਕਿ ਲੋਕਾਂ ਨੂੰ ਵੀ ਆਮ ਜਨਤਕ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ, ਹਾਲਾਂਕਿ ਸਵੇਰੇ ਵੀ ਟੋਲ ਪਲਾਜ਼ਾ ਜੋ ਕਿ ਉੱਥੇ ਧਰਨਾ ਦਿੱਤਾ ਗਿਆ ਤਾਂ ਆਮ ਜਨਤਾ ਨੂੰ ਵੀ ਕਾਫੀ ਇੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ? ਬਿਲਕੁਲ ਨਮਕਾ, ਜੇ ਕਿਉਂਕਿ ਮੇਨ ਰਸਤਾ ਹੈਗਾ, ਭਾਵੇਂ ਚੰਡੀਗੜ੍ਹ ਕਿਸੇ ਨੇ ਕੰਮ ਕਾਜ ਲਈ ਜਾਣਾ, ਭਾਵੇਂ ਕਿਸੇ ਨੇ ਹੋਸਪਿਟਲ ਦੇ ਵਿੱਚ ਨਾ ਦਵਾਈ ਲੈਣਾ। ਦੂਜੀ ਗੱਲ, ਸੰਗਰੂਰ ਜਿਹੜਾ PGI ਹੈ ਉਹ ਵੀ ਇਸ ਧਰਨੇ ਤੋਂ ਜਿਹੜਾ ਸੰਗਰੂਰ ਤੋਂ ਪਟਿਆਲੇ ਵੱਲ ਨੂੰ ਹੈ, ਰਸਤਾ ਬਿਲਕੁਲ ਬਲੋਕ ਹੋ ਚੁੱਕਿਆ, ਕਿਉਂਕਿ ਜਿਹੜੇ ਲੋਕ ਨੇ ਖੱਜਲ ਖੁਆਰੀ ਦੇ ਨਾਲ ਹੋਰ ਵੱਖ ਵੱਖ ਪਿੰਡਾਂ ਦੇ ਵਿੱਚ ਹੀ ਬਹੁਤ ਵੱਡੀ ਦੂਰੀ ਤੈਅ ਕਰਕੇ ਆਪਦੇ ਜਿਹੜੇ ਜਿੱਥੇ ਪਹੁੰਚਣ ਆਉਣਾ ਨੇ ਆਪਣੇ ਟੀਚਿਆਂ 'ਤੇ ਪਹੁੰਚ ਰਹੇ ਨੇ। ਪਰ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਜ਼ਰੂਰ ਕੋਸ਼ਿਸ਼ ਲੱਗਿਆ ਹੋਇਆ ਕਿ ਇੱਕ ਸਾਈਡ ਤੋਂ ਰਸਤਾ ਜਿਹੜਾ ਖਲਾਇਆ ਜਾਵੇ ਲੋਕਾਂ ਦੀ। ਫਿਲਹਾਲ ਦੀ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ। ਤਾਂ ਦੱਸ ਦਈਏ ਕਿ ਸੰਗਰੂਰ ਪਟਿਆਲਾ ਰੋਡ 'ਤੇ ਲਗਾਤਾਰ ਕਿਸਾਨਾਂ ਦਾ ਪ੍ਰਦਰਸ਼ਨ